ਕਿਸਾਨਾਂ ਦੇ ਅੰਦੋਲਨ ਦੀ ਜਿੱਤ ਤੋਂ ਬਾਅਦ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਕਿ ਕਿਸਾਨ ਆਗੂ ਹੁਣ ਕਿੰਨੀ ਖੁਸ਼ੀ ਦੇ ਨਾਲ ਅੱਗੇ ਵੱਧ ਰਹੇ ਨੇ। ਅੱਜ ਐਲਾਨ ਕਰ ਦਿੱਤਾ ਗਿਆ ਹੈ ਕਿ 11 ਤਰੀਕ ਨੂੰ ਕਿਸਾਨ ਹੁਣ ਆਪੋ ਆਪਣੇ ਘਰਾਂ ਨੂੰ ਜਾਣਗੇ। ਤਸਵੀਰ ਸਿੰਘੂ ਬਾਰਡਰ ਦੀ ਹੈ, ਕਿਸਾਨ ਆਗੂ ਜਿਪਸੀ ਦੇ ਵਿੱਚ ਸਵਾਰ ਨੇ। ਬੜਾ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਮਨਾਈ ਜਾ ਰਹੀ ਹੈ ਕਿਉਂਕਿ ਵੱਡੀ ਜਿੱਤ ਦਾ ਐਲਾਨ ਅੱਜ ਕੀਤਾ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਗੱਡੀ ਦੇ ਉੱਪਰ ਸਵਾਰ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਨਾਲ ਨਾਲ ਉਹਨਾਂ ਤੋਂ ਜਾਣਾਂਗੇ ਕਿ ਅੱਜ ਉਹ ਜਿੱਤ ਦੇ ਉੱਪਰ ਕੀ ਕਹਿਣਾ ਚਾਹੁੰਦੇ ਨੇ। ਡੱਲੇਵਾਲ ਸਾਹਿਬ, ਆਖਿਰਕਾਰ ਜਿੱਤ ਹੋ ਗਈ, ਕੀ ਕਹੋਗੇ? ਦੇਖੋ, ਗੱਲ ਇਹ ਹੈ, ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਅੱਜ ਦੇ ਮੋਰਚੇ ਦੀ ਕਿ ਪੰਜਾਬ ਹਰਿਆਣੇ ਦਾ ਏਕ ਆ। ਇਸ ਸਾਰੇ ਪ੍ਰੋਗਰਾਮ ਦੇ ਵਿੱਚੋਂ ਸਾਡਾ ਪੰਜਾਬ ਤੇ ਹਰਿਆਣਾ ਇਕਜੁੱਟ ਹੋਏ ਨਜ਼ਰ ਆ ਰਹੇ ਨੇ, ਔਰ ਪੰਜਾਬ ਹਰਿਆਣੇ ਦੀ ਏਕਤਾ ਦਾ ਇਦੋਂ ਵੱਡਾ ਸਬੂਤ ਕੋਈ ਹੋ ਨਹੀਂ ਸਕਦਾ। ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਪੰਜਾਬ ਤੇ ਹਰਿਆਣਾ ਇੱਕ ਕਰਨ ਦੇ ਵਿੱਚ ਸਫਲ ਹੋਏ ਹਾਂ, ਔਰ ਵਾਹਿਗੁਰੂ ਭਲੀ ਕਰੇ। ਅਗਰ ਇਸੇ ਤਰ੍ਹਾਂ ਸਾਡਾ ਏਕਾ ਕਾਇਮ ਰਿਹਾ ਤਾਂ ਅਸੀਂ ਪੂਰੇ ਦੇਸ਼ ਦੀਆਂ ਟੋਟਲ ਸਮੱਸਿਆਵਾਂ ਜਿਹੜੀਆਂ ਕਿਸਾਨਾਂ ਨੂੰ ਆ ਰਹੀਆਂ ਨੇ ਸਾਰੀਆਂ ਨੂੰ ਹੱਲ ਕਰਾਉਣ ਦੇ ਵਿੱਚ ਸਫਲ ਰਹਾਂਗੇ, ਔਰ ਵਾਹਿਗੁਰੂ ਕਿਰਪਾ ਕਰੇ ਹਰਿਆਣੇ ਨਾਲ ਏਕਤਾ ਸਾਡੀ ਬਣੀ ਰਹੇ। ਸਾਹਿਬ, ਹੁਣ ਕਿਵੇਂ ਦੇ ਸਵਾਗਤ ਹੋਣਗੇ ਕਿਸਾਨਾਂ ਦੇ? ਫੁੱਲਾਂ ਦੇ ਹਾਰ ਪੈ ਰਹੇ ਨੇ ਕਹਿੰਦੇ। ਦੇਖੋ, ਕਿਸਾਨਾਂ ਦੀ ਸ਼ਰਧਾ, ਕਿਸਾਨਾਂ ਦਾ ਪਿਆਰ ਆ ਜਿਹੜਾ ਉਹ ਬਹੁਤ ਵੱਡਾ ਹੈ। ਕਿਸਾਨਾਂ ਨੂੰ ਇੱਕ ਉਮੀਦ ਸੀ ਕਿ ਅਸੀਂ ਆਹ ਕੁਛ ਲੈ ਕੇ ਉੱਠਣਾ ਹੈ, ਉਹ ਆਪਾਂ ਲੈ ਕੇ ਉੱਠੇ ਹਾਂ, ਜਿਹਦੇ 'ਚ ਅੱਜ ਕਿਸਾਨਾਂ ਨੂੰ ਖੁਸ਼ੀ ਹੈ ਔਰ ਏਕਤਾ ਦਾ ਉਹਨਾਂ ਨੇ ਪ੍ਰੂਫ ਦੇ ਰਹੇ ਨੇ। ਸਰਕਾਰ ਦੇ ਨਾਲ ਸਾਰੇ ਮੁੱਦਿਆਂ 'ਤੇ ਸਹਿਮਤੀ ਬਣ ਗਈ ਜਾਂ ਕੁਝ ਮੁੱਦੇ ਰਹਿ ਗਏ ਸੀ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ MSP ਦਾ ਮੁੱਦਾ ਜਿਹੜਾ ਉਹਦੇ ਤੇ ਜਿਹੜਾ ਇੱਕ WTO ਦੇ ਗੈਟ ਬਹੁਤ ਵਧੀਆ ਅੜਿੱਕਾ ਪਾਈ ਬੈਠੇ ਸੀ, ਸਾਡੀ ਸਰਕਾਰ ਉਧਰਲੇ ਪਾਸੇ ਨੂੰ ਤੁਰੀ ਹੈ, ਇੱਕ ਰੈਜੂਲੇਸ਼ਨ ਲੈ ਕੇ ਜਾ ਰਹੀ ਹੈ WTO ਦੇ ਵਿੱਚ, ਔਰ ਉਹਦੇ ਤੇ ਅਸੀਂ ਇੱਕ ਸਭ ਤੋਂ ਮਤਲਬ ਪੋਜ਼ਿਟਿਵ ਅੱਜ ਦੇ ਅੰਦੋਲਨ ਦਾ ਇਹ ਪੱਖ ਹੈ। ਹੁਣ ਫਿਰ ਜਿੱਤ ਤਾਂ ਹੋ ਗਈ, ਕਿਸਾਨ ਹੁਣ ਘਰਾਂ ਨੂੰ ਜਾ ਰਹੇ ਨੇ, 11 ਤਰੀਕ ਨੂੰ ਐਲਾਨ ਕੀਤਾ, ਹੋਰ ਕਿਹੜੇ ਕਿਹੜੇ ਦਿਨ ਨੂੰ ਜਿਹੜੀ ਆ ਮੀਟਿੰਗ ਹੈ ਜਾਂ ਸ਼ੁਕਰਾਨਾ ਹੈ ਉਹ ਦੱਸੋ। ਦੇਖੋ, ਇੱਥੋਂ ਜਾਣ ਤੋਂ ਬਾਅਦ ਅਸੀਂ ਪ੍ਰੋਗਰਾਮ ਬਣਾਵਾਂਗੇ ਕਿ ਅਸੀਂ ਜਾਣਾ ਹੈ। ਨਾਲ ਅਗਲੀ ਗੱਲ ਹੈ ਕਿ 11 ਤਰੀਕ ਦਾ ਐਲਾਨ ਭਾਵੇਂ ਕੀਤਾ ਹੈ ਪਰ ਜਿੱਡਾ ਵੱਡਾ ਸਾਡਾ ਇੱਥੇ ਤਾਮ ਝਾਮ ਹੈ, ਇਹ ਸਮੇਟਿਆ ਨਹੀਂ ਜਾਣਾ ਸਾਥੋਂ, ਇਹਦੇ 'ਤੇ ਲੱਗਣਗੇ 5-4 ਦਿਨ, ਸਾਰਾ ਸੰਭਾਲ ਕੇ ਟਰੈਕਟਰ ਟਰੂਕਟਰ ਠੀਕ ਕਰਾ ਕੇ ਫਿਰ ਤੁਰਾਂਗੇ ਤਾਂ ਕਿ ਰਸਤੇ 'ਚ ਮੁਸ਼ਕਲ ਨਾ ਆਵੇ। ਫਿਰ ਇੱਥੋਂ ਜਾ ਕੇ ਘਰ ਘਰ ਕਿਸਾਨਾਂ ਨੂੰ ਬਚਾ ਕੇ ਅਸੀਂ ਹਰਿਮੰਦਰ ਸਾਹਿਬ ਗੁਰੂ ਦੇ ਚਰਨਾਂ ਜਾ ਕੇ ਨਤਮਸਤਕ ਹੋਵਾਂਗੇ, ਉਸ ਤੋਂ ਬਾਅਦ ਅਗਲੇ ਪ੍ਰੋਗਰਾਮ। ਕਿੰਨੀ ਤਰੀਕ ਨੂੰ ਹੋ ਰਿਹਾ ਨਤਮਸਤਕ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ? ਦੇਖੋ, ਡੇਟ ਅੱਜ ਤੈਅ ਕਰਨੀ ਵੀ ਠੀਕ ਨਹੀਂ ਹੈ ਕਿਉਂਕਿ ਸਾਨੂੰ ਇਹ ਲੱਗਦਾ ਵੀ ਸਾਡਾ ਇੱਥੋਂ ਹੀ ਚੱਕਾ ਸਮਾਨ ਚੱਕਣ, ਸਮੱਟਾ ਸਮਾਨ ਚੱਕਣ 'ਤੇ ਟਾਈਮ ਲੱਗ ਸਕਦਾ। ਸਾਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਇਹਨਾਂ ਦੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇੱਕ ਵਾਰ ਤਸਵੀਰ ਦਿਖਾ ਦਿੰਦੇ ਹਾਂ, ਰਾਜ ਕਰੇਗਾ ਖਾਲਸਾ ਅਤੇ ਹੋਰ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਝੰਡੇ ਨੇ, ਕਿਸਾਨਾਂ ਦਾ ਝੰਡਾ ਜਿਹੜਾ ਹੈ ਨਾਲ ਨਾਲ ਖਾਲਸੇ ਦਾ ਜਿਹੜਾ ਝੰਡਾ ਨਿਸ਼ਾਨ ਹੈ ਉਹ ਲੈ ਕੇ ਕਿਸਾਨ ਆਗੂ ਅੱਗੇ ਵੱਧ ਰਹੇ ਨੇ। ਬਲਦੇਵ ਸਿੰਘ ਸਿਰਸਾ ਗੱਡੀ ਦੇ ਮੂਹਰੇ ਬੈਠੇ ਸਨ, ਨਾਲ ਨਾਲ ਕਿਸਾਨ ਆਗੂ ਚੱਲ ਰਹੇ ਨੇ, ਪੂਰਾ ਖੁਸ਼ੀ ਦਾ ਮਾਹੌਲ ਹੈ। ਸਿੰਘੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਸਿੰਘੂ ਬਾਰਡਰ 'ਤੇ ਪੂਰਾ ਜਸ਼ਨ ਮਨਾਇਆ ਜਾ ਰਿਹਾ ਕਿਉਂਕਿ 1 ਸਾਲ ਤੋਂ ਕਿਸਾਨ ਸਿੰਘੂ ਬਾਰਡਰ 'ਤੇ ਟਿੱਕਰੀ ਬਾਰਡਰ 'ਤੇ ਬੈਠੇ ਸਨ। ਬੜੀਆਂ ਸ਼ਹਾਦਤਾਂ ਹੋਈਆਂ, ਬਹੁਤ ਸ਼ਹਾਦਤਾਂ ਤੋਂ ਬਾਅਦ, ਬਹੁਤ ਮੁਸ਼ਕਲਾਂ ਤੋਂ ਬਾਅਦ, ਬਹੁਤ ਮੁਸੀਬਤਾਂ ਤੋਂ ਬਾਅਦ ਆਖਿਰਕਾਰ ਮੋਦੀ ਸਰਕਾਰ ਨੂੰ ਚੁੱਕਣਾ ਪਿਆ ਅਤੇ ਕਿਸਾਨਾਂ ਦੀ ਜਿੱਤ ਹੋਈ ਹੈ। ਹੁਣ ਸਿੰਘੂ ਬਾਰਡਰ ਦੇ ਉੱਪਰ ਜਦੋਂ ਐਲਾਨ ਕੀਤਾ ਗਿਆ ਕਿ 11 ਤਰੀਕ ਨੂੰ ਕਿਸਾਨ ਆਪਣੇ ਘਰਾਂ ਨੂੰ ਪਰਤਣਗੇ, ਜੋ ਵੀ ਇਹ ਘਰ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਹਾਈਵੇ ਦੇ ਉੱਪਰ, ਇਹਨਾਂ ਘਰਾਂ ਨੂੰ ਹੁਣ ਇੱਥੋਂ ਚੱਕਿਆ ਜਾਏਗਾ, ਇਹ ਸਾਰੇ ਟੈਂਟ ਜਿਹੜੇ ਨੇ ਇੱਥੋਂ ਉਠਾ ਲਏ ਜਾਣਗੇ। ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ, 11 ਤਰੀਕ ਨੂੰ ਐਲਾਨ ਕੀਤਾ ਗਿਆ ਕਿ ਘਰਾਂ ਨੂੰ ਜਾਣਗੇ, ਪਰ ਉਸ ਤੋਂ ਪਹਿਲਾਂ ਹੀ ਕਿਸਾਨ ਲਗਾਤਾਰ ਹੁਣ ਤਿਆਰੀਆਂ ਦੇ ਵਿੱਚ ਜੁੱਟ ਗਏ ਨੇ, ਨਾਲ ਨਾਲ ਪੰਜਾਬ ਅਤੇ ਹਰਿਆਣੇ ਦੇ ਵਿੱਚ। ਹਰਿਆਣੇ ਵਾਲੇ ਕਹਿ ਰਹੇ ਨੇ ਕਿ ਜਦੋਂ ਪੰਜਾਬ ਤੋਂ ਕਿਸਾਨ ਆਏ ਸਨ ਹਰਿਆਣੇ ਤੋਂ ਪਾਰ ਹੁੰਦਿਆਂ ਹੋਇਆਂ ਤਾਂ ਹਰਿਆਣੇ ਦੇ ਲੋਕਾਂ ਨੇ ਸਹਿਯੋਗ ਕੀਤਾ ਸੀ, ਹੁਣ ਜਦੋਂ ਪੰਜਾਬ ਦੇ ਕਿਸਾਨ ਵਾਪਸ ਜਾਣਗੇ ਤਾਂ ਹਰਿਆਣਾ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰੇਗਾ। ਹੁਣ ਦੇਖਣਾ ਹੋਏਗਾ ਕਿ ਇਹ ਆਉਣ ਵਾਲਾ ਮਾਹੌਲ ਕਿੱਦਾਂ ਦਾ ਹੋਏਗਾ। ਅਸੀਂ ਸਾਰੀਆਂ ਤਸਵੀਰਾਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ, ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਕੈਮਰਾਮੈਨ ਗਗਨ ਭਾਰਤੀ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਸਿੰਘੂ ਬਾਰਡਰ, ਦਿੱਲੀ।